ਇਹਦੇ ਵਿੱਚ ਮਾਸਟਰ ਕੈਨ 2018 'ਚ ਆਪਾਂ ਕਰਨੀ ਰੂਲਡ, ਠੀਕ ਹੈ। ਅਤੇ ਰੂਲਡ ਦਾ ਮਤਲਬ ਹੀ ਹੈ ਟੂ ਐਜਿਸ ਦੇ ਵਿੱਚ, ਕੋਈ ਦੋ ਐਜਿਸ ਹੋ ਸਕਦੀਆਂ ਇਹਨੂੰ। ਅਸੀਂ ਕੀ ਕੀਤਾ, ਇੱਕ ਤਾਂ ਲਾਈਨ ਲਗਾ ਲਈ, ਕੋਈ ਵੀ ਲਾਈਨ ਲਗਾ ਲਈ, ਠੀਕ ਹੈ। ਡਿਮੈਂਸ਼ਨ ਨਾਲ ਲਗਾਓਗੇ ਜ਼ਿਆਦਾ ਫਾਇਦਾ ਹੋਊਗਾ, ਠੀਕ ਹੈ। ਆ UCS ਨੂੰ ਚੱਕ ਕੇ ਕੋਆਰਡੀਨੇਟ ਸਿਸਟਮ ਨੂੰ ਇੱਥੇ ਰੱਖ ਲਿਆ। ਫਿਰ ਜਿੰਨਾ ਇੱਥੋਂ ਡਿਸਟੈਂਸ ਸਾਨੂੰ ਚਾਹੀਦਾ, ਸਪੋਜ਼ ਕਰੋ ਮੈਨੂੰ 75 ਦੇ ਕਰੀਬ ਚਾਹੀਦਾ, ਠੀਕ ਹੈ, ਉੱਥੇ ਰੱਖ ਲਿਆ। ਹੁਣ ਫਾਇਦਾ ਕੀ ਹੋਇਆ, ਟਰਾਂਸਫੋਰਮ ਇਹਦੇ ਵਿੱਚ ਜਾਵਾਂਗੇ ਨਾ ਆਪਾਂ ਵਿਊ 'ਚ ਪਲੇਨਸ, ਅਤੇ ਇੱਥੇ ਇੱਕ ਨਵਾਂ ਪਲੇਨ ਕ੍ਰੀਏਟ ਹੋ ਗਿਆ। ਇਸ ਪਲੇਨ ਨੂੰ ਆਪਾਂ ਸੀ ਪਲੇਨ ਬਣਾ ਦੇਣਾ, ਇੱਥੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਸੀ ਪਲੇਨ ਹੈ, ਟੀ ਪਲੇਨ ਹੈ, ਠੀਕ ਹੈ। ਸੀ ਪਲੇਨ ਦੇ ਉੱਤੇ ਕੰਮ ਹੁੰਦਾ, ਇੱਥੋਂ ਵੀ ਆਪਾਂ ਨੇਮਡ ਦੇ ਵਿੱਚ ਜਾ ਕੇ ਪਲੇਨ ਜਿਹੜਾ ਆਪਾਂ ਬਣਾਇਆ ਉਹ ਲੈ ਲੈ ਸਕਦੇ, ਠੀਕ ਹੈ। ਉੱਥੋਂ ਚਲੇ ਜਾਓ ਚਾਹੇ ਇੱਥੋਂ ਚਲੇ ਜਾਓ, ਇੱਕੋ ਹੀ ਗੱਲ। ਹੁਣ ਫਾਇਦਾ ਕੀ ਹੋਇਆ, ਹੁਣ ਮੇਰਾ ਕੰਮ ਇਸ ਪਲੇਨ 'ਤੇ ਹੋ ਗਿਆ, ਠੀਕ ਹੈ। ਅਤੇ ਹੁਣ ਮੈਂ ਨੈਕਸਟ ਜਿਹੜੀ ਲਾਈਨ ਲਗਾਉਣੀ ਹੈ ਉਹ ਮੈਂ ਇਹਦੇ ਉੱਤੇ ਲਗਾ, ਠੀਕ। ਹੁਣ ਮੇਰੇ ਕੋਲ ਦੋ ਇਹ ਸਕੈਚਿਸ ਹੈਗੇ ਆ, ਚਾਹੇ ਬੰਦ ਕਰ ਦਿਓ, ਜਿਹਦੇ ਉੱਤੇ ਆਪਾਂ ਆਪਰੇਸ਼ਨ ਲਗਾਉਣਾ, ਠੀਕ ਹੈ। ਹੁਣ ਦੇਖੋ ਵਾਈ ਇੱਧਰ ਨੂੰ ਹੈ, ਜ਼ੈਡ ਇੱਧਰ ਨੂੰ, ਠੀਕ ਹੈ। ਟੂਲ ਹਮੇਸ਼ਾ ਜ਼ੈਡ ਵੱਲੋਂ ਆਉਣਾ ਚਾਹੀਦਾ ਹੈਗਾ, ਅਤੇ ਉਸ ਚੀਜ਼ ਦਾ ਖਿਆਲ ਰੱਖਾਂਗੇ। ਮਸ਼ੀਨਿੰਗ 'ਚ ਗਏ, ਮਿਲਿੰਗ ਡਿਫੋਲਟ, ਅਤੇ ਟੂਲ ਪਾਥ 'ਤੇ ਕਲਿੱਕ ਕਰ ਦਿਓ, ਠੀਕ ਹੈ। ਅਤੇ ਇੱਥੇ ਆਪਾਂ ਲੈ ਲੈਂਦੇ ਹਾਂ ਰੂਲਡ ਦੀ ਆਪਸ਼ਨ। ਇੱਕ ਐਜ ਮੇਰੀ ਇਹ ਹੈ, ਇੱਕ ਐਜ ਮੇਰੀ ਇਹ, ਠੀਕ ਹੈ। ਹੋਰ ਚੇਨ ਵੀ ਮੰਗ ਦੇ ਕਹਿ ਰਿਹਾ, ਦੇਣੀ ਹੋਵੇ, ਓਕੇ ਕਰ ਲੈਂਦੇ। ਪਹਿਲੀ ਚੀਜ਼ ਤਾਂ ਮੇਰੀ ਪਲੇਨ ਸੈੱਟ ਕਰਨਾ ਹੈ ਕਿ ਮੇਰਾ ਉੱਤੋਂ ਦੀ ਆਵੇ, ਜ਼ੈਡ ਉੱਪਰ ਨੂੰ ਹੋਣਾ ਚਾਹੀਦਾ, ਜ਼ੈਡ ਉੱਪਰ ਦਿਖ ਰਹੇ, ਓਕੇ ਕੀਤਾ, ਓਕੇ ਕੀਤਾ। ਟੂਲ ਆਪਾਂ ਕੋਈ ਵੀ ਸਿਲੈਕਟ ਕਰ ਸਕਦੇ ਹਾਂ, ਆਪਾਂ ਕਿਹੜਾ ਆਪਰੇਸ਼ਨ ਕਰ ਰਹੇ ਹਾਂ ਐਕਚੁਲੀ ਉਹਦੇ ਉੱਤੇ ਡਿਪੈਂਡ ਕਰਦਾ, ਠੀਕ ਹੈ। ਐਂਡ ਮਿਲ ਲੈਣਾ, ਬੋਲ ਮਿਲ ਲੈਣਾ, ਠੀਕ ਹੈ। ਆਪਾਂ ਬੋਲ ਨੋਜ਼ ਲੈ ਲੈਂਦੇ ਹਾਂ, ਸਪੋਜ਼ 6 ਦਾ ਲੈ ਲੈਂਦੇ, ਠੀਕ ਹੈ। ਫਿਲਹਾਲ ਤਾਂ ਆਪਾਂ ਜਸਟ ਇਹ ਦੇਖ ਰਹੇ ਹਾਂ ਨਾ ਵੀ ਰੂਲ ਦੇ ਨਾਲ ਹੋ ਕੀ ਰਿਹਾ, ਠੀਕ ਹੈ। ਇਸ ਕਰਕੇ ਕੋਈ ਮੈਟਰ ਨਹੀਂ ਕਰਦਾ ਕਿੰਨੇ ਦਾ ਟੂਲ ਲਿਆ, ਠੀਕ ਹੈ। ਇੱਥੇ ਜ਼ਿਗਜ਼ੈਗ ਦੀ ਆਪਸ਼ਨ, ਵਨ ਵੇ ਚਲਾਉਣਾ, ਜ਼ਿਗਜ਼ੈਗ ਚਲਾਉਣਾ, ਸਰਕੂਲਰ ਚਲਾਉਣਾ, ਅਲੱਗ ਅਲੱਗ ਚਲਾ ਚਲਾ ਕੇ ਦੇਖ ਸਕਦੇ ਹਾਂ। ਕਿਸੇ ਐਂਗਲ 'ਤੇ ਚਲਾਉਣਾ ਉਹ ਵੀ ਆਪਾਂ ਦੇਖ ਸਕਦੇ ਹਾਂ, ਅਕਰੋਸ ਕੱਟ ਕਿੰਨਾ ਡਿਸਟੈਂਸ ਹੈ, ਸਟੋਕ ਟੂ ਲੀਵ ਮਟੀਰੀਅਲ ਛੱਡਣਾ ਕਿੰਨਾ ਹੈ, ਰੈਪਿਡ ਡੈਪਥ 5 mm, ਠੀਕ ਹੈ। ਕੌਂਸਟੈਂਟ ਜ਼ੈਡ ਕਟਿੰਗ ਆਫ ਹੈ, ਠੀਕ ਹੈ। ਜਿਵੇਂ ਟੂਲ ਪਾਸ ਚਲਾ ਕੇ ਦਿਖਾਉਂਦਾ ਤਾਂ ਬੜਾ ਵਧੀਆ ਕੱਟ, ਠੀਕ ਹੈ ਨੀ। ਓਕੇ, ਪੈਰਾਮੀਟਰ 'ਚ ਜਾਵਾਂਗੇ ਤਾਂ ਜੇ ਵਨ ਵੇ ਕਰ ਦਈਏ ਜਨਰੇਟ ਕਰੋ, ਉੱਠ ਕੇ ਆਊਗਾ। ਜੇ ਅਸੀਂ ਇੱਥੇ ਸਰਕੂਲਰ ਕਰ ਦਈਏ, ਦੇਖ ਰਿਹਾ ਇੱਥੋਂ ਦੀ ਅਦੇ ਟੂਲ ਪਾਥ ਦਿਖਾਉਂਦਾ, ਇੱਧਰ ਗਿਆ, ਇੱਦਾਂ ਹੀ ਸਰਕੂਲਰ ਇੱਥੋਂ ਵਾਪਸ ਚਲ ਜਾਣਾ ਮੈਂ ਟੇਪਰ 'ਚ, ਫਿਰ ਸਿੱਧਾ ਆਇਆ। ਪਰ ਇਹ 'ਚ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਵੇਸਟ ਹੋ ਗਿਆ, ਨਹੀਂ ਖਾਲੀ ਨਹੀਂ ਜਾਊਗਾ, ਕੱਟਦਾ ਹੈ ਹੀ ਜਾਊਗਾ ਇੱਧਰ ਜਦੋਂ ਜਾ ਰਿਹਾ, ਉਹ ਸਰਕੂਲਰ ਹੋਇਆ, ਠੀਕ ਹੈ।
ਜੇ ਇੱਥੇ ਆਪਾਂ 5 ਐਕਸਿਸ ਕਰ ਦਈਏ ਕਿਸੇ ਐਂਗਲ 'ਤੇ 12 ਡਿਗਰੀ, ਠੀਕ ਹੈ, ਕੀ ਹੋਊਗਾ ਪਤਾ ਨਹੀਂ ਹੈ ਪਰ ਦੇਖਦੇ ਹਾਂ। ਟੂਲ ਲੋਜਿਕ ਸਹੀ ਨਹੀਂ ਹੈ, 5 ਐਕਸਿਸ ਹੋ ਗਿਆ ਨਾ, 5 ਐਕਸਿਸ ਵਿੱਚ ਆਪਾਂ ਸਿੱਖ ਜਾਏਗੇ, ਠੀਕ ਹੈ, ਠੀਕ ਹੈ ਨਾ। ਲੈਫਟ ਸਾਈਡ ਚਾਹੀਦਾ ਜਾਂ ਰਾਈਟ ਸਾਈਡ ਚਾਹੀਦਾ, ਰਾਈਟ ਸਾਈਡ ਕਰਕੇ ਦੇਖਦੇ, ਮੈਂ ਥੱਲੜੇ ਪਾਸੇ ਚੱਲਿਆ ਗਿਆ ਲਾਈਨ ਦੇ, ਜਿਹੜੇ ਆਪਾਂ ਦੋ ਲਾਈਨਾਂ ਲਗਾਈਆਂ ਹੈ। ਹਾਂ, ਜੇ ਇੱਥੇ ਆਪਾਂ ਕੰਪੋਜੀਸ਼ਨ ਔਫ ਕਰ ਦਾਂਗੇ ਤਾਂ ਐਗਜੈਕਟ ਉਹਦੇ ਉੱਤੇ ਚੱਲੇਗਾ, ਠੀਕ, ਜਿੱਥੇ ਲਾਈਨ ਲੱਗੀ ਹੋਈ। ਇਹ ਟ੍ਰਿਮਿੰਗ ਪਲੇਨ 1 ਹੈ, ਇਹ ਟ੍ਰਿਮਿੰਗ ਪਲੇਨ 2 ਹੈ। ਜੇ ਇੱਥੇ ਟ੍ਰਿਮਿੰਗ ਪਲੇਨ 1 ਦੇ ਵਿੱਚ ਐਕਸ ਦੀ ਵੈਲਿਊ ਦੇ ਦੀ 12 ਤਾਂ ਟ੍ਰਿਮਿੰਗ ਪਲੇਨ 1 ਤੋਂ 10 ਐਮ ਇੱਧਰ, ਇੱਥੇ ਜ਼ੈਡ ਕਰਨਾ ਸੀਗਾ ਕਿਉਂਕਿ ਆਪਣਾ ਜ਼ੈਡ ਇੱਧਰ ਨੂੰ ਹੈ ਨਾ, ਕੁਝ ਗੜਬੜੀ ਹੋ ਗਈ, ਨਾ ਨਹੀਂ ਠੀਕ, ਉਹਨੂੰ ਪਲੇਨ ਨਹੀਂ ਸਹੀ ਮਿਲ ਰਿਹਾ, ਇਸ ਕਰਕੇ ਦਿੱਕਤ ਆ ਰਹੀ, ਠੀਕ ਹੈ। ਸਭ ਤੋਂ ਵਧੀਆ ਓਕੇ, ਇਹ ਆਪਸ਼ਨ ਕਿਹੜੀ ਸੀਗੀ, ਰੂਲਡ ਦੀ, ਕ੍ਰੀਏਟ ਏ ਲੀਨੀਅਰ ਬਲਾਈਂਡ, ਕ੍ਰੀਏਟ ਏ ਲੀਨੀਅਰ ਬਲੈਂਡ ਬਿਟਵੀਨ 2, ਠੀਕ ਹੈ, ਬਿਟਵੀਨ ਕਰ 2 ਕਰ, ਯੂ ਮਸਟ ਚੂਜ਼ ਏ ਮਿਨੀਮਮ ਆਫ 2 ਐਂਡ 2 ਚੇਂਜ ਐਂਡ ਦੇ ਮਸਟ ਬੀ ਸਿਲੈਕਟ ਇਨ ਅਦਰ ਦ ਸੇਮ ਚੇਂਜ ਡਾਇਰੈਕਸ਼ਨ, ਕਲੀਅਰ। ਇੱਕ ਇਹਦੇ ਵਿੱਚ ਆਪਸ਼ਨ ਹੈ ਲੋਫਟ ਦਾ, ਇਹ 'ਚ ਵੀ ਇਹ ਸੇਮ ਕੰਮ ਹੁੰਦਾ, ਬਟ ਆਪਾਂ ਅਗਲੇ 'ਚ ਦੇਖਦੇ ਹੈਗੇ ਹਾਂ। ਸਵੈਪ ਵੀ ਕਰਾਂਗੇ, 3D ਸਵੈਪ ਵੀ ਕਰਾਂਗੇ।